कैन आई वेयर माय सूट विद चेल्सी बूट्स, कि मैं अपने चेल्सी बूट्स नू अपने शूज नाल वेयर कर सकदा या नहीं कर सकदा। ये बहुत ही कॉमन क्वेश्चन है। अज असी इस चीज के बारे गल करांगे कि असी अपने चेल्सी बूट नू पेयर करांगे अपने सूट दे नाल, यस और नो। लेट्स स्टार्ट दिस वीडियो। I just love Chelsea boots and I'm pretty sure ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੇ ਚੈਲਸੀ ਬੂਟ ਵੀ ਫੇਵਰੇਟ ਹੋਣਗੇ। ਮੈਂ ਮੋਸਟਲੀ ਵੇਅਰ ਕਰਦਾ ਵਿਦ ਮਾਈ ਜੀਨਸ, ਟਰਾਊਜ਼ਰਸ ਐਂਡ ਆਫ ਕੋਰਸ ਵਿਦ ਮਾਈ ਸੂਟ, ਬਟ ਕੁਝ ਰੂਲਸ ਨੇ ਜੋ ਮੈਂ ਹਮੇਸ਼ਾ ਰੱਖਦਾ ਖਿਆਲ। ਤੁਸੀਂ ਉਹ ਰੂਲਸ ਨੂੰ ਫੋਲੋ ਕਰੋ ਐਂਡ ਯੂ ਕੈਨ ਐਬਸੋਲੂਟਲੀ ਵੇਅਰ ਯੋਰ ਚੈਲਸੀ ਬੂਟ ਵਿਦ ਸੂਟ। ਰੂਲ ਨੰਬਰ 1 ਇਜ਼, ਦੀ ਮੋਸਟ ਇੰਪੋਰਟੈਂਟ ਰੂਲ ਇਜ਼ ਲੈਂਥ ਆਫ ਯੋਰ ਪੈਂਟਸ, ਇਟ ਸ਼ੁੱਡ ਬੀ ਪਰਫੈਕਟ। ਨਾਓ ਪਰਫੈਕਟ ਦਾ ਮਤਲਬ ਕੀ ਆ? ਫੋਰ ਸਪੋਜ਼ ਮੈਂ ਇਸਨੂੰ ਵੇਅਰ ਕੀਤੀ ਹੋਈ ਜੈਕਟ, ਜੈਕਟ ਦੇ ਲੈਪਲਸ, ਇਹਦੇ ਸ਼ੋਲਡਰਸ, ਇਹਦੀਆਂ ਸਲੀਵਸ ਆਰ ਪਰਫੈਕਟ ਅਕੋਰਡਿੰਗ ਟੂ ਮਾਈ ਬਾਡੀ ਸਟਰਕਚਰ, ਰਾਈਟ। ਸੇਮ ਵੇ ਦੇ ਨਾਲ ਆਪਣੀ ਪੈਂਟਸ ਦੀ ਲੈਂਥ ਵੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ, ਨੋਟ ਟੂ ਲੌਂਗ, ਨੋਟ ਟੂ ਸ਼ੋਰਟ, ਦੈਟਸ ਓਬਵੀਅਸ। ਬਟ ਤੁਸੀਂ ਫਿਰ ਵੀ ਇਹ ਗਲਤੀ ਕਰਦੇ ਹੋ, ਤੁਸੀਂ ਪੈਂਟਸ ਲੈਂਥ ਨੂੰ ਬਹੁਤ ਐਕਸਟਰਾ ਚੂਜ਼ ਕਰ ਲੈਂਦੇ ਹੋ। ਨੋ ਐਕਸੈਸਿਵ ਫੈਬਰਿਕ ਇਨ ਯੋਰ ਸੂਟ ਸ਼ੁੱਡ ਬੀ ਵਿਜ਼ੀਬਲ, ਸੋ ਜਸਟ ਮੇਕ ਸ਼ੋਰ ਤੁਹਾਡੀ ਪੈਂਟਸ ਦੀ ਹੈਮ ਹਮੇਸ਼ਾ ਟੱਚ ਕਰੋਗੀ ਆਪਣੇ ਬੂਟਸ ਨੂੰ। ਰੂਲ ਨੰਬਰ 2, ਬਹੁਤ ਕਾਮਨ ਮਿਸਟੇਕ ਤੁਸੀਂ ਕਰਦੇ ਹੋ, ਤੁਸੀਂ ਆਪਣੀ ਪੈਂਟਸ ਨੂੰ ਸਟਿਚ ਕਰਵਾਇਆ ਬਿਲਕੁਲ ਪਰਫੈਕਟਲੀ, ਬਟ ਜਦੋਂ ਅਸੀਂ ਇਹਨੂੰ ਵੇਅਰ ਕਰਦੇ ਹਾਂ, ਵਾਕ ਕਰਦੇ ਹਾਂ, ਬੈਠਦੇ ਹਾਂ, ਖੜ੍ਹੇ ਹੁੰਦੇ ਹਾਂ, ਕੁਝ ਵੀ ਕਰਦੇ ਹਾਂ, ਹੌਲੀ ਹੌਲੀ ਆਪਣੀ ਪੈਂਟਸ ਦੀ ਵੇਸਟ ਥੱਲੇ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਇਹ ਆ ਕਿ ਆਪਣੀ ਪੈਂਟਸ ਆਪਣੀ ਵੇਸਟ ਦੇ ਅਕੋਰਡਿੰਗਲੀ ਥੋੜੀਆਂ ਜਿਹੀਆਂ ਲੂਜ਼ ਨੇ, ਸੋ ਕੋਸ਼ਿਸ਼ ਕਰਨੀ ਆ ਇਟ ਸ਼ੁੱਡ ਬੀ ਫਿੱਟ ਅਕੋਰਡਿੰਗ ਟੂ ਯੋਰ ਵੇਸਟ ਸਾਈਜ਼। ਤੁਸੀਂ ਕੋਸ਼ਿਸ਼ ਕਰੋ, ਤੁਸੀਂ ਜੇ ਬਹੁਤ ਹੈਵੀ ਹੋ ਜਾਂ ਬਹੁਤ ਸਕਿਨੀ ਹੋ, ਬੈਲਟ ਵੇਅਰ ਕਰ ਲਿਓ, ਅਦਰਵਾਈਜ਼ ਕੋਸ਼ਿਸ਼ ਕਰੋ ਤੁਸੀਂ ਹਮੇਸ਼ਾ 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 ਆਪਣੀ ਪੈਂਟਸ ਦੀ ਸਾਈਜ਼ ਆਪਣੀ ਵੇਸਟ ਅਕੋਰਡਿੰਗਲੀ ਹੀ ਚੂਜ਼ ਕਰੋ, ਇਟ ਸ਼ੁੱਡ ਬੀ ਪਰਫੈਕਟਲੀ ਫਿੱਟ। ਤੁਸੀਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਕਿ ਆਪਣੀ ਪੈਂਟਸ ਨੂੰ ਜੇ ਲੰਬੀ ਆ ਤੁਸੀਂ ਉਹਨੂੰ ਫੋਲਡ ਕਰ ਰਹੇ ਹੋ ਉਹਦੀ ਹੈਮ ਨੂੰ, ਨੋ। ਤੁਸੀਂ ਕਦੇ ਵੀ ਆਪਣੀ ਹੈਮ ਨੂੰ ਫੋਲਡ ਨਹੀਂ ਕਰੋਗੇ, ਉਹ ਬਹੁਤ ਔਕਵਰਡ ਲੱਗੂਗੀ। ਚਾਹੇ ਤੁਸੀਂ ਕੋਈ ਜੀਨਸ ਨੂੰ ਵੇਅਰ ਕਰ ਰਹੇ ਹੋ, ਚਾਹੇ ਤੁਸੀਂ ਕੋਈ ਪੈਂਟਸ ਵੇਅਰ ਕਰ ਰਹੇ ਹੋ, ਚਾਹੇ ਤੁਸੀਂ ਕੋਈ ਟਰਾਊਜ਼ਰਸ ਨੂੰ ਵੇਅਰ ਕਰ ਰਹੇ ਹੋ, ਕਦੇ ਵੀ ਅਸੀਂ ਆਪਣੇ ਟਰਾਊਜ਼ਰ, ਪੈਂਟਸ ਔਰ ਜੀਨਸ ਨੂੰ ਫੋਲਡ ਨਹੀਂ ਕਰਾਂਗੇ ਚੈਲਸੀ ਬੂਟ ਦੇ ਨਾਲ। ਹਮੇਸ਼ਾ ਉਹਨੂੰ ਪ੍ਰੋਪਰਲੀ ਫੋਲਡ ਕਰਨ ਦਿਓ, ਆਪਣੇ ਬੂਟਸ ਨੂੰ ਟੱਚ ਕਰਨ ਦਿਓ। ਚੈਲਸੀ ਬੂਟਸ ਦੇ ਨਾਲ ਅਸੀਂ ਹਮੇਸ਼ਾ ਸਪੈਸ਼ਲੀ ਵਿੰਟਰਸ ਦੇ ਵਿੱਚ, ਬਿਕੋਜ਼ ਹੁਣ ਵਿੰਟਰ ਫੈਸ਼ਨ ਆ ਚੁੱਕਿਆ ਹੈ, ਵੈਡਿੰਗ ਸੀਜ਼ਨ ਨੇੜੇ ਹੋ ਚੁੱਕਿਆ, ਬਿਲਕੁਲ ਅਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਕਿ ਅਸੀਂ ਆਪਣੇ ਚੈਲਸੀ ਬੂਟਸ ਨੂੰ ਆਪਣੇ ਲੌਂਗ ਸੌਕਸ ਤੋਂ ਬਗੈਰ ਪਾ ਰਹੇ ਹਾਂ। ਨਾਓ ਰਿਮੈਂਬਰ, ਮੈਂ ਲਾਸਟ ਵੀਡੀਓ ਵਿੱਚ ਗੱਲ ਕੀਤੀ ਸੀ ਕਿ 4 ਸੌਕਸਿਸ ਜੋ ਬੇਸਿਕ ਕਲਰਸ ਨੇ ਤੁਹਾਡੇ ਵਾਰਡਰੋਬ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ, ਪਲੇਨ ਕਲਰਸ, ਬੇਸਿਕਸ, ਵੈਰੀ ਬੇਸਿਕ ਕਲਰ ਤੁਸੀਂ ਯਾਦ ਕਰੋ। ਨੰਬਰ 1 ਬਲੈਕ, ਨੰਬਰ 2 ਬਰਾਊਨ, ਨੰਬਰ 3 ਗ੍ਰੇ, ਐਂਡ ਇੱਕ ਕਲਰ ਹੋਰ ਸੀਗਾ, ਯਾਦ ਕਰੋ, ਟੇਕ ਯੂ ਟਾਈਮ, ਰਿਮੈਂਬਰ, ਨਹੀਂ ਯਾਦ ਆਇਆ, ਟੇਕ ਯੂ ਟਾਈਮ, ਲਾਸਟ ਵੀਡੀਓ ਦੇਖੋ ਅਤੇ ਕਮੈਂਟ ਕਰੋ ਉਹ ਫੋਰਥ ਕਲਰ ਕਿਹੜਾ ਜਿਹੜਾ ਬਹੁਤ ਬੇਸਿਕ ਕਲਰ ਹੈ ਐਂਡ ਐਵਰੀ ਵਨ ਸ਼ੁੱਡ ਹੈਵ ਇਨ ਦੇ ਵਾਰਡਰੋਬ। ਚੈੱਕ ਕਰੋ ਵੀਡੀਓ, ਦੱਸੋ ਮੈਨੂੰ, ਐਂਡ ਉਹ 4 ਪੇਅਰ ਆਫ ਸੌਕਸਿਸ ਨੂੰ ਜ਼ਰੂਰ ਰੱਖੋ ਆਪਣੀ ਵਾਰਡਰੋਬ ਵਿੱਚ। ਕੋਸ਼ਿਸ਼ ਕਰੋ, ਮੈਂ ਬਲੈਕ ਸੂਟ ਵੇਅਰ ਕੀਤਾ ਹੋਇਆ ਤਾਂ ਮੈਂ ਬਲੈਕ ਦੇ ਨਾਲ ਬਲੈਕ ਸੌਕਸ ਨੂੰ ਹੀ ਵੇਅਰ ਕਰਾਂਗਾ, ਬਰਾਊਨ ਸੂਟ ਦੇ ਨਾਲ ਬਰਾਊਨ ਵੇਅਰ ਕਰਾਂਗਾ, ਗ੍ਰੇ ਦੇ ਨਾਲ ਗ੍ਰੇ ਵੇਅਰ ਕਰਾਂਗਾ। ਇੱਕ ਕਲਰ ਹੋਰ ਸੀਗਾ, ਯਾਦ ਰੱਖਿਓ ਕਲਰ ਕਿਹੜਾ ਸੀਗਾ, ਕਮੈਂਟ ਕਰਿਓ। ਜੇ ਤੁਹਾਨੂੰ ਲੱਗਿਆ ਕਿ ਤੁਹਾਡੇ ਵਾਸਤੇ ਵੀਡੀਓ ਬਹੁਤ ਜ਼ਰੂਰੀ ਸੀ ਦੇਖਣਾ ਐਂਡ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ, ਮੇਕ ਸ਼ੋਰ ਯੂ ਆਲ ਹਿੱਟ ਸਬਸਕ੍ਰਾਈਬ ਬਟਨ, ਸੰਤ ਮੰਜਰ ਸਿੰਘ ਵੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰਾਈਟ ਨਾਓ, ਐਂਡ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਵਿੱਚ। ਸੇਫ ਇਟ।